ਬਾਬੇ ਨਾਨਕ ਨੇ ਸੰਦੇਸ਼ ਦਿੱਤਾ ਸੀ ਸਾਂਝੀਵਾਲਤਾ ਦਾ, ਜਾਂ ਸਾਂਝੀਵਾਲਤਾ ਅੱਜ ਵਿਧਾਨ ਸਭਾ ਦੇ ਵਿੱਚ ਹਾਲਾਂਕਿ ਦੇਖਣ ਨੂੰ ਵੀ ਮਿਲੀ। ਪੰਜਾਬ ਅਤੇ ਹਰਿਆਣਾ ਦੇ ਸਾਰੇ ਵਿਧਾਇਕ ਅੱਜ ਇੱਕੋ ਜਿਹੜੇ ਮੰਚ 'ਤੇ ਨਜ਼ਰ ਆਏ ਨੇ। ਇਸੇ ਬਾਰੇ ਗੱਲ ਕਰਨ ਲਈ ਸਾਡੇ ਨਾਲ ਹੈਗੇ ਹੈ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਜੀ। ਬਾਜਵਾ ਸਾਹਿਬ, ਅੱਜ ਸਾਂਝੀਵਾਲਤਾ ਦਾ ਜਿਹੜਾ ਸੰਦੇਸ਼ ਨਾਨਕ ਦਾ ਸੀਗਾ, ਉਹ ਅੱਜ ਦੇਖਣ ਨੂੰ ਵੀ ਮਿਲਿਆ ਕਿ ਦੋਨੋਂ ਸੂਬੇ ਦੇ ਜਿਹੜੇ ਵਿਧਾਇਕ ਹੈ ਇਕੱਠੇ ਇੱਕ ਮੰਚ 'ਤੇ ਨਜ਼ਰ ਆਏ ਨੇ। ਲੇਕਿਨ ਕੀ ਅਸਲ ਦੇ ਵਿੱਚ ਜਿਹੜੀ ਹੈ ਸੂਬੇ ਦੇ ਹੀ ਜਿਹੜੇ ਰਾਜਨੀਤਿਕ ਦਲ ਹੈ ਉਹ ਇੱਕ ਸਾਂਝੀਵਾਲਤਾ ਦਾ ਸੰਦੇਸ਼ ਦਿਖਾਣਗੇ? ਅਸੀਂ ਉਮੀਦ ਕਰ ਰਹੇ ਹਾਂ, ਕੈਪਟਨ ਸਾਹਿਬ ਨੇ ਅਪੀਲ ਕੀਤੀ ਆ, ਸ਼ਾਇਦ ਬੈਟਰ ਸੈਂਸ ਪ੍ਰਵੇਲ ਕਰੇ ਹਰ ਇੱਕ 'ਤੇ, ਬਾਬੇ ਨਾਨਕ ਦੀ ਕਿਰਪਾ ਹੋਏ, ਸਾਰੇ ਰਲ ਕੇ ਤੁਰ ਜੀ। ਬਾਜਵਾ ਸਾਹਿਬ, ਅੰਦਰ ਜਿਹੜੀ ਹੈ ਇੱਕ ਚੰਨੀ ਸਾਹਿਬ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਵੀ ਜਿਹੜੀ ਹੈ SGPC ਵੱਲੋਂ ਜਿਹੜੀ ਸਟੇਜ ਲਗਾਈ ਜਾ ਰਹੀ ਹੈ ਉਹਦੇ ਵਿੱਚ ਅਸੀਂ ਵੀ ਨਤਮਸਤਕ ਹੋਵਾਂਗੇ। ਅਕਾਲੀ ਦਲ ਵੱਲੋਂ ਵੀ ਕਿਹਾ ਗਿਆ, ਕੈਪਟਨ ਸਾਹਿਬ ਨੇ ਬੜੇ ਓਪਨ ਹਾਰਟ ਨਾਲ ਅਪੀਲ ਕੀਤੀ ਆ ਵੀ ਹਜੇ ਵੀ ਕੱਖ ਨਹੀਂ ਵਿਗੜਿਆ, ਆਹ ਰਲ ਕੇ ਮਨਾ ਲਈਏ। ਕੈਪਟਨ ਸਾਹਿਬ ਦੀ ਅਪੀਲ ਦਾ ਜਵਾਬ ਵੱਡੇ ਬਾਦਲ ਸਾਹਿਬ ਨੂੰ ਦੇਣਾ ਚਾਹੀਦਾ ਸੀ, ਪਰ ਵੱਡੇ ਬਾਦਲ ਸਾਹਿਬ ਗੱਲਾਂ ਗੋਲ ਕਰਕੇ ਚਲੇ ਗਏ। ਬਾਕੀ ਉਹਨਾਂ ਦੇ ਦੂਜਿਆਂ ਦੇ ਬੋਲਾਂ ਦਾ ਕੋਈ ਮਤਲਬ ਨਹੀਂ ਬਣਦਾ, ਇਹਦੇ ਵੱਡੇ ਬਾਦਲ ਸਾਹਿਬ ਦਾ ਰਾਈਟ ਸੀ, ਉਹ CM ਸਾਹਿਬ ਦਾ ਜਵਾਬ ਦਿੰਦੇ। ਵੱਡੇ ਬਾਦਲ ਸਾਹਿਬ ਨੇ ਜਿਸ ਤਰੀਕੇ ਨਾਲ ਅੱਜ ਮਾਫ਼ੀ ਮੰਗੀ ਹੈਗੀ ਹੈ, ਉਹਨਾਂ ਨੇ ਕਿਹਾ ਮੇਰੀ ਉਮਰ 93 ਸਾਲ ਦੀ ਹੋ ਗਈ ਅਤੇ ਅਗਰ ਮੇਰੇ ਤੋਂ ਕੋਈ ਗਲਤੀ ਹੋਈ ਤਾਂ ਮੈਂ ਉਹਦੇ ਲਈ ਮਾਫ਼ੀ ਮੰਗਦਾ। ਠੀਕ ਹੈ ਜੀ, ਉਹਨਾਂ ਦਾ ਗੁੱਡਵਿਲ ਜੈਸਚਰ ਆ, ਉਹਨਾਂ ਆਪਣੀ ਸੋਚ ਮੁਤਾਬਕ ਜੋ ਕੀਤਾ ਵਧੀਆ ਕੀਤਾ। ਠੀਕ, ਉਹਨਾਂ ਨੇ ਇੱਕ ਜ਼ਿਕਰ ਵੀ ਕੀਤਾ ਕਿ ਜਿਹੜੇ ਜਨਤਾ ਪਾਰਟੀ ਦੀ ਸਰਕਾਰ ਸੀਗੀ ਤਾਂ ਉਸ ਵੇਲੇ ਇੰਦਰਾ ਗਾਂਧੀ ਨੇ ਵੀ ਇਸ ਤਰ੍ਹਾਂ ਕੀਤਾ ਸੀ, ਉਸ ਤੋਂ ਬਾਅਦ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣੀ ਸੀ। ਉਹਨਾਂ ਦਾ ਇਹ ਕਹਿਣ ਦਾ ਕੀ ਮਤਲਬ ਸੀ? ਨਹੀਂ ਪਤਾ ਉਹਨਾਂ ਦਾ ਇਹ ਕਹਿਣ ਦਾ ਕੀ ਮਤਲਬ ਸੀ, ਮੇਰੇ ਧਿਆਨ 'ਚ ਨਹੀਂ ਗੱਲ। ਧੰਨਵਾਦ। ਬਿਲਕੁਲ, ਇਹ ਸੀਗੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੱਲੋਂ ਸਾਫ਼ ਕਿਹਾ ਗਿਆ ਕਿ ਅੱਜ ਸੈਸ਼ਨ ਦੇ ਅੰਦਰ ਤਾਂ ਸਾਂਝੀਵਾਲਤਾ ਜ਼ਰੂਰ ਦੇਖਣ ਨੂੰ ਮਿਲੀ, ਲੇਕਿਨ ਹੁਣ ਜਿਹੜੇ ਵਿਰੋਧੀ ਧਿਰ ਉਹ ਸਾਂਝੀਵਾਲਤਾ ਦਿਖਾਏਗੀ ਕਿ ਨਹੀਂ, ਕਿਉਂਕਿ ਬਾਬੇ ਨਾਨਕ ਦੀ ਜਿਹੜੀ ਫਿਲੋਸਫੀ ਸੀਗੀ ਉਸ ਫਿਲੋਸਫੀ ਨੂੰ ਲੈ ਕੇ ਜਿਹੜਾ 550 ਸਾਲਾਂ ਮਨਾਇਆ ਜਾ ਰਿਹਾ ਉਸ ਦੇ ਵਿੱਚ ਹੁਣ ਵਿਰੋਧੀ ਧਿਰ ਕਿਸ ਤਰੀਕੇ ਦੀ ਭੂਮਿਕਾ ਨਿਭਾਉਂਦਾ ਹੈ ਤਾਂ ਉਹੀ ਦੱਸਣਗੇ। ਲੇਕਿਨ ਜਿਸ ਤਰੀਕੇ ਨਾਲ ਅੱਜ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅੱਜ ਮਾਫ਼ੀ ਮੰਗੀ ਗਈ ਹੈ ਉਹਦਾ ਇਹਨਾਂ ਵੱਲੋਂ ਸਵਾਗਤ ਕੀਤਾ ਗਿਆ ਤਾਂ ਇਹਨਾਂ ਨੇ ਕਿਹਾ ਕਿ ਉਹਨਾਂ ਦਾ ਗੁੱਡਵਿਲ ਜੈਸਚਰ ਸੀਗਾ ਜਿਹੜਾ ਕਿ ਅੱਜ ਸਦਨ ਦੇ ਵਿੱਚ ਉਹਨਾਂ ਵੱਲੋਂ ਦਿਖਾਇਆ ਗਿਆ। ਚੰਡੀਗੜ੍ਹ ਤੋਂ ਕੈਮਰਾਮੈਨ ਉਮਾ ਯਾਦਵ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ TV।